ਸੋ ਤੁਸੀਂ ਗੱਲ ਦੀ ਸਾਰਿਆਂ ਨੂੰ ਤੇ ਚੈਨਲ ਪੰਜਾਬ ਵੈਦਰ ਤੇ ਤੁਹਾਡਾ ਸਭ ਦਾ ਸਵਾਗਤ ਹੈ ਸੋ ਗੱਲ ਕਰਾਂਗੇ ਅੱਜ 30 ਅਗਸਤ ਮੌਸਮ ਸਵੇਰ ਤੋਂ ਲੈ ਕੇ ਅੱਜ ਕੀ ਹਲਚਲ ਮੌਸਮ ਦੇ ਵਿੱਚ ਹੋਵੇਗੀ ਅੱਜ ਪੰਜਾਬ ਵਿੱਚ ਮੀਂਹ ਪੈਣ ਦੇ ਸਾਰ ਕਿੰਨੇ ਕੁ ਰਹਿਣਗੇ ਸੋ ਪਹਿਲਾ ਗੱਲ ਕਰਦੇ ਹਾਂ ਹਵਾਵਾਂ ਦੀ ਹਵਾਵਾਂ ਅੱਜ ਸਵੇਰ ਦੇ ਸਮੇਂ ਤੋਂ ਹੀ ਚੰਗੀ ਰਫਤਾਰ ਤੇ ਪੂਰਬੀ ਦਿਸ਼ਾ ਤੋਂ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਵਗਣਗੀਆਂ ਗਤੀ ਪਰ 10 ਤੋਂ ਲੈ ਕੇ 25 ਜਾਂ ਫਿਰ 30 ਕਿਲੋਮੀਟਰ ਪ੍ਰਤੀ ਘੰਟਾ ਤੱਕ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਰਹੇਗੀ ਤੇ ਇਸ ਦੌਰਾਨ ਬੱਦਲਵਾਈ ਸਵੇਰ ਦੇ ਸਮੇਂ ਲਗਭਗ ਮੌਸਮ ਜਿਹੜਾ ਸਵੇਰ ਤੋਂ ਲੈ ਕੇ ਇਸ ਦੁਪਹਿਰ ਦੇ 12 1 ਵਜੇ ਤੱਕ ਜ਼ਿਆਦਾਤਰ ਸਾਫ਼ ਜਿਹਾ ਹੀ ਬਣਿਆ ਰਹੇਗਾ ਮੌਸਮ ਪਰ ਕੁਝ ਇਲਾਕੇ ਜਿਵੇਂ ਅਮਰਸਰ ਦੇ ਕੁਝ ਭਾਗ ਹੋਗੇ ਨਾਲ ਲੱਗਦੇ ਕੁਝ ਤਰਨਤਾਰਨ ਸਾਹਿਬ ਦੇ ਇਲਾਕੇ ਹੋਗੇ ਤਾਂ ਇਹਨਾਂ ਵਿੱਚ ਹਲਕੀ ਟੁੱਟਵੀਂ ਬੱਦਲਵਾਈ ਬਣੀ रह ਸਕਦੀ ਹੈ ਮੀਂਹ ਦੇ ਅਸਰ ਘੱਟ ਹੀ ਹੋਣਗੇ ਤੇ ਦੁਪਹਿਰ ਦੇ ਕਰੀਬ ਤੋਂ ਸ਼ਾਮ ਤੱਕ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਜਿਹੜਾ ਬੱਦਲਵਾਈ ਦਾ ਦੌਰ ਟੁੱਟਵੇਂ ਰੂਪ ਵਿੱਚ ਬਣਨਾ ਸ਼ੁਰੂ ਹੋ ਜਾਵੇਗਾ ਖਾਸ ਤੌਰ ਤੇ ਪੰਜਾਬ ਦੇ ਇਲਾਕੇ ਕੁਝ ਪੱਛਮੀ ਵਿੱਚ ਕਿਹੇ ਤਾਂ ਗੁਰਦਾਸਪੁਰ ਤੋਂ ਲੈ ਕੇ ਅਮਰਸਰ ਨਾਲ ਲੱਗਦੇ ਤਨਤਨ ਸਾਹਿਬ ਦੇ ਇਲਾਕੇ ਹੋਵੇ ਪਠਾਨਕੋਟ ਹੋ ਗਿਆ ਜਲੰਧਰ ਹੋ ਗਿਆ ਕਪੂਰਥਲੇ ਦੇ ਕੁਝ ਭਾਗ ਹੋ ਗਏ ਤਾਂ ਇਨ੍ਹਾਂ ਹਿੱਸਿਆਂ ਦੇ ਵਿੱਚ ਟੁੱਟਵੇਂ ਰੂਪ ਵਿੱਚ ਬੱਦਲਵਾਈ ਬਣ ਕੇ ਕਈ ਭਾਗਾਂ ਦੇ ਵਿੱਚ ਹਲਕਾ ਦਰਮਿਆਨਾ ਮੀਂਹ ਦੇਖਣ ਨੂੰ ਮਿਲੇਗਾ ਟੁੱਟਵੇਂ ਰੂਪ ਵਿੱਚ ਜ਼ਿਲ੍ਹੇ ਦੇ ਕੁਝ ਭਾਗਾਂ ਵਿੱਚ ਮੀਂਹ ਰਹੇਗਾ ਤੇ ਕੁਝ ਭਾਗ ਖੁਸ਼ਕ ਸੁੱਕੇ ਵੀ ਰਹਿਣਗੇ ਸੋ ਜਿਹੀ ਜਿਹੜਾ ਟੁੱਟਵੇਂ ਰੂਪ ਵਿੱਚ ਮੌ ਤੇ ਇਸੇ ਤਰ੍ਹਾਂ ਦਾ ਮਾਹੌਲ ਹੁਸ਼ਿਆਰਪੁਰ ਸਮੇਤ ਲੁਧਿਆਣਾ ਹੋ ਗਿਆ ਕੁਝ ਮੁਗਗੇ ਜ਼ਿਲ੍ਹੇ ਦੇ ਭਾਗ ਹੋਗੇ ਇਸ ਤੋਂ ਇਲਾਵਾ ਐਸਬੀਐਸ ਨਗਰ ਹੋ ਗਿਆ ਨਮਾ ਸ਼ਹਿਰ ਤੱਕ ਦੇ ਇਲਾਕੇ ਕੁਝ ਭਾਗ ਫਤਿਹਗੜ੍ਹ ਸਾਹਿਬ ਦੇ ਹੋਗੇ ਜਾਂ ਕੁਝ ਪਟਿਆਲੇ ਵੱਲ ਜਾਂ ਸੰਗਰੂਰ ਦੇ ਇਲਾਕੇ ਵੀ ਇਹਦੇ ਵਿੱਚ ਟਟਵੇਂ ਰੂਬੇ 'ਚ ਹਲਕੇ ਫੁਲਕੇ ਸ਼ਾਮਲ ਹੋ ਸਕਦੇ ਨੇ ਸੋ ਇਨ੍ਹਾਂ ਇਲਾਕਿਆਂ ਦੇ ਵਿੱਚ ਜਿਹੜੀ ਮੌਸਮੀ ਹਲਚਲ ਬੱਦਲਬਾਜ਼ੀ ਬਣੇਗੀ ਨਾਲ ਕੁਝ ਭਾਗਾਂ ਵਿੱਚ ਹਲਕਾ ਦਰਮਿਆਨਾ ਮੀਂਹ ਦੇਖਣ ਨੂੰ ਮਿਲੇਗਾ ਤੇ ਜੇਕਰ ਗੱਲ ਕਰੀਏ ਹੁਣ ਦੱਖਣ ਪੱਛਮੀ ਇਲਾਕਿਆਂ ਦੀ ਜਿਨ੍ਹਾਂ ਦੇ ਵਿੱਚ ਫਾਜ਼ਿਲਕਾ ਫਰੀਦਕੋਟ ਮੁਕਸਰ ਮਾਨਸਾ ਬਠਿੰਡਾ ਹੋ ਗਿਆ ਤੇ ਨਾਲ ਲੱਗਦੇ ਫਿਰੋਜ਼ਪੁਰ ਦੇ ਭਾਗ ਹੋਗੇ ਇਹਨਾਂ ਹਿੱਸਿਆਂ ਦੇ ਵਿੱਚ ਜਿਹੜਾ ਮੌਸਮ ਹੈ ਜ਼ਿਆਦਾਤਰ ਸਾਫ਼ ਹੀ ਬਣਿਆ ਰਹੇਗਾ ਪਰ ਫਾਜ਼ਿਲਕਾ ਤੇ ਮੁਕਸਰ ਸਾਹਿਬ ਦੇ ਕੁਝ ਕੁ ਹਿੱਸਿਆਂ ਦੇ ਵਿੱਚ ਬੱਦਲਬਾਈ ਹੈ ਜਿਹੜੀ ਆਪਾਂ ਨੂੰ ਦੁਪਹਿਰ ਤੋਂ ਲੈ ਕੇ ਸ਼ਾਮ ਤੱਕ ਦੇਖਣ ਨੂੰ ਮਿਲ ਸਕਦੀ ਹੈ ਜਿਦੇ ਚੱਲਦੇ ਕੁਝ ਭਾਗਾਂ ਵਿੱਚ ਹੋ ਸਕਦਾ ਹੈ ਕਿ ਬੂੰਦਾਬੰਦੀ ਜਾਂ ਫਿਰ ਇਕੱਲੀ ਬੱਦਲਬਾਈ ਹੀ ਦੇਖਣ ਨੂੰ ਮਿਲੇਗੀ ਸੋ ਜੇ ਕੋਲ ਮੜਾ ਕੇ ਸੰਖੇਪ ਵਿੱਚ ਕਹੀਏ ਤਾਂ ਪੰਜਾਬ ਦੇ ਵਿੱਚ ਜਿਹੜੇ ਛੋਟੇ-ਮੋਟੇ ਬਦਲਾਂ ਦੀ ਆਵਾਜਾਈ ਬਣਦੀ ਰਹੇਗੀ ਜਿਹੜੇ ਸਿਸਟਮ ਨੇ ਉਹ ਪੱਛਮੀ ਪਾਸੇੋਂ ਤੇ ਕੁਝ ਉੱਤਰੀ ਪਾਸੇੋਂ ਪੰਜਾਬ ਨੂੰ ਪ੍ਰਭਾਵਿਤ ਕਰਨਗੇ ਜਿਨ੍ਹਾਂ ਦੇ ਚੱਲਦੇ ਪੰਜਾਬ ਦੇ ਵਿੱਚ ਟਟਵੇਂ ਰੂਪ ਵਿੱਚ ਹਲਕੀਆਂ ਦਰਮਿਆਨੀਆਂ ਮੀਂਹ ਦੀਆਂ ਬੋਛਾਰਾਂ ਅੱਜ ਆਪਾਂ ਨੂੰ ਲਗਭਗ ਦੁਪਹਿਰ ਦੇ ਸਮੇਂ ਤੋਂ ਲੈ ਕੇ ਸ਼ਾਮ ਤੱਕ ਦੇਖਣ ਨੂੰ ਮਿਲਣਗੀਆਂ ਤੇ ਬਾਕੀ ਸਮੇਂ ਦੇ ਹਿਸਾਬ ਨਾਲ ਜ਼ਿਲ੍ਹਿਆਂ ਦੇ ਬਾਈ ਜਾਣਕਾਰੀ ਜੋ ਵੀ ਆਵੇਗੀ ਉਹ ਅਗਲੇ ਘੰਟਿਆਂ ਦੇ ਵਿੱਚ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਸੋ ਲਗਾਤਾਰ ਮੌਸਮ ਪੰਜਾਬ ਦੀ ਅਪਡੇਟ ਲਈ ਚੈਨਲ ਪੰਜਾਬ ਵੈਦਰ ਨਾਲ ਜੁੜੇ ਰਹੋ